अस्सलाम वालेकुम दोस्तों। सुबह सवा 4 बजे का टाइम हो रहा है ते गां माशाल्लाह सोई है ते इन्हें एक बड़ा प्यारा जहा बच्चा दिता है ते देखते हैं थोड़ी देर तक कि ये बच्ची है या बच्चा है। पहले दे कान या गला वगैरह साफ कर दें। ਤੁਸੀਂ ਦੇਖਿਆ ਹੈ ਕਿ ਮੈਂ ਇਹਦੇ ਨੱਕ ਦੇ ਵਿੱਚ ਫੂਕਾਂ ਮਾਰੀਆਂ ਨੇ ਤਾਂ ਕਿ ਨੱਕ ਦੇ ਵਿੱਚ ਜਿਹੜਾ ਜਾਲਾ ਵਗੈਰਾ ਸੀਗਾ ਉਹ ਸਾਰਾ ਸਾਫ਼ ਹੋ ਜਾਵੇ ਤੇ ਇਹਨੂੰ ਸਾਂਸ ਲੈਣ ਦੇ ਵਿੱਚ ਜਿਹੜੀ ਹੈ ਕੋਈ ਦੁਸ਼ਵਾਰੀ ਨਾ ਹੋਵੇ। ਤੇ ਹਜੇ ਸਰਦੀ ਦਾ ਮੌਸਮ ਵੀ ਹੈ, ਹਲਕੀ ਹਲਕੀ ਸਰਦੀ ਵੀ ਆ ਰਹੀ ਹੈ ਤੇ ਇਹਨੂੰ ਚੁੱਕ ਕੇ ਜ਼ਰਾ ਜਿਹੜਾ ਨਾ ਇਹਦੀ ਮਾਂ ਦੇ ਕੋਲ ਕਰਦੇ ਹਾਂ ਅਸੀਂ ਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿ ਮਾਂ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਨਾ ਆਪਣੇ ਬੱਚੇ ਦੇ ਨਾਲ ਜਿਹੜਾ ਹੈ ਪਿਆਰ ਕਰਦੀ ਹੈ। ਚੁੱਕ ਰਿਹਾ ਤੇ ਮੈਂ ਇਹਨੂੰ ਨਾ ਹੁਣ ਜਿਹੜਾ ਚੁੱਕ ਕੇ ਤੇ ਇਹਨੂੰ ਕਰਨਾ ਇਹਦੀ ਮਾਂ ਦੇ ਕੋਲ ਤੇ ਬੱਚਾ ਤੇ ਛੋਟਾ ਜਿਹਾ ਹੈ ਲੇਕਿਨ ਇਹਨੂੰ ਚੁੱਕਣਾ ਬੜਾ ਮੁਸ਼ਕਲ ਹੁੰਦਾ ਹੈ ਕਿਉਂਕਿ ਬੜਾ ਸਲਿਪ ਕਰਦਾ ਹੈ ਤੇ ਇਹ ਚੁੱਕ ਰਿਹਾ ਹੁਣ ਮੈਂ ਇਹਨੂੰ ਚੁੱਕ ਕੇ ਜਿਹੜਾ ਨਾ ਇਹਦੇ ਗਾਂ ਦੇ ਕੋਲ ਕਰਨਾ ਮਾਂ ਦੇ ਕੋਲ ਤੇ ਫਿਰ ਦੇਖਦੇ ਹਾਂ ਕਿ ਚੈੱਕ ਕਰਦੇ ਹਾਂ ਕਿ ਬੱਚੀ ਹੈ ਕਿ ਬੱਚਾ ਹੈ। ਚਲੋ ਜੀ ਇਹ ਦੇਖੋ ਜੀ ਇਹ ਚੁੱਕਿਆ ਗਿਆ ਬੱਚਾ ਤੇ ਲੱਤਾਂ ਇਹਦੀਆਂ ਜ਼ਰਾ ਪਹਿਲੇ ਮੈਂ ਸਿੱਧੀਆਂ ਕਰਦਾ ਤੇ ਫਿਰ ਇਹਨੂੰ ਦੇਖਦੇ ਹਾਂ। ਲਓ ਜੀ ਇਹ ਹੈ ਬੱਚਾ ਤੇ ਮਾਸ਼ਾਅੱਲਾ ਗਾਂ ਨੇ ਬੜਾ ਪਿਆਰਾ ਜਿਹਾ ਖੂਬਸੂਰਤ ਜਿਹਾ ਬੱਚਾ ਦਿੱਤਾ ਹੈ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। ਹਾਂਜੀ ਜੀ ਇਹ ਦੇਖੋ ਜੀ ਬੱਚਾ ਮਾਸ਼ਾਅੱਲਾ ਜਿਹੜਾ ਹੈ ਨਾ ਬੜਾ ਸੋਹਣਾ ਹੈ। ਇਹਨੂੰ ਜ਼ਰਾ ਥੋੜ੍ਹਾ ਜਿਹਾ ਹੋਰ ਗਾਂ ਦੇ ਅੱਗੇ ਕਰ ਦਈਏ, ਨਜ਼ਦੀਕ ਕਰ ਦਈਏ। ਤੁਸੀਂ ਦੇਖ ਰਹੇ ਹੋ ਇਹ ਗਾਂ ਨੇ ਗਾਂ ਹੁਣ ਜਿਹੜਾ ਨਾ ਆਪਣੇ ਬੱਚੇ ਨੂੰ ਚੱਟ ਰਹੀ ਹੈ, ਬੜਾ ਪਿਆਰ ਕਰ ਰਹੀ ਹੈ। ਤੇ ਇਹ ਦੇਖੋ ਕਿ ਮਾਂ ਆਪਣੇ ਬੱਚੇ ਦੇ ਨਾਲ ਜਿਹੜਾ ਕਿ ਇਸ ਤਰ੍ਹਾਂ ਕਿੰਨਾ ਪਿਆਰ ਕਰਦੀ ਹੈ, ਹੁਣ ਬੜੇ ਪਿਆਰ ਦੇ ਨਾਲ ਜਿਹੜਾ ਨਾ ਚੱਟ ਰਹੀ ਹੈ ਤੇ ਬੜਾ ਪਿਆਰ ਕਰ ਰਹੀ ਹੈ। ਲਓ ਜੀ ਅਸੀਂ ਹੁਣ ਗੁੜ ਲੈ ਕੇ ਆਏ ਹਾਂ ਇਹਦੇ ਵਾਸਤੇ, ਬੱਚੇ ਵਾਸਤੇ। ਇਹਨੂੰ ਚਟਾਵਾਂਗੇ ਤਾਂ ਕਿ ਇਹਦਾ ਕੁਛ ਗਲਾ ਵੀ ਸਾਫ਼ ਹੋ ਜਾਵੇ ਇਹਦੇ ਨਾਲ ਤੇ ਦੂਸਰਾ ਇਹਨੂੰ ਆਹਿਸਤਾ ਆਹਿਸਤਾ ਪਤਾ ਚੱਲ ਜਾਵੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਦੁੱਧ ਪੀਣਾ ਹੈ। ਤੇ ਇਹ ਦੇਖੋ ਇਹ ਗੋੜੇ ਦੇ ਮੂੰਹ ਦੇ ਵਿੱਚ ਪਾ ਕੇ ਤੇ ਹੁਣ ਮੈਂ ਜਿਹੜਾ ਨਾ ਇਹਨੂੰ ਚਟਾ ਰਿਹਾ ਵਾਂ ਤੇ ਜ਼ਰਾ ਕਿਹਦਾ ਗਲਾ ਵੀ ਖੁੱਲ ਜਾਵੇ, ਸਾਫ਼ ਹੋ ਜਾਵੇ, ਸਫਾਈ ਹੋ ਜਾਵੇ। ਤੇ ਨਿੱਕਾ ਜਿਹਾ ਬੱਚਾ ਹੈ, ਇਹਨੂੰ ਨਹੀਂ ਪਤਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਆਪਣਾ ਖਾਈ ਪੀਦਾ ਹੈ। ਆਹਿਸਤਾ ਆਹਿਸਤਾ ਪਤਾ ਲੱਗ ਜਾਏਗਾ ਇਹਨੂੰ ਵੀ। ਇਹ ਦੇਖੋ ਗੁੜ ਜ਼ਰਾ ਥੋੜ੍ਹਾ ਜਿਹਾ ਸਖ਼ਤ ਸੀ ਤੇ ਮੈਂ ਇਹਨੂੰ ਜ਼ਰਾ ਕਹਿ ਸੋਚਿਆ ਕਿ ਇਹਨੂੰ ਥੋੜ੍ਹਾ ਜਿਹਾ ਹੋਰ ਬਰੀਕ ਕਰ ਲਿਆ ਜਾਵੇ, ਪੀਸ ਲਿਆ ਜਾਵੇ। ਇੱਧਰ ਗਾਂ ਜਿਹੜੀ ਹੈ, ਗਾਂ ਨੂੰ ਵੀ ਹੁਣ ਬੱਚੇ ਦੀ ਜਿਹੜੀ ਹੈ, ਬੱਚਾ ਦੂਰ ਹੈ ਤੇ ਗਾਂ ਨੂੰ ਜਿਹੜੀ ਟੈਨਸ਼ਨ ਲੱਗੀ ਹੋਈ ਹੈ ਤੇ ਬੱਚਾ ਉਹ ਬੱਚਾ ਵੀ ਮਾਸ਼ਾਅੱਲਾ ਉੱਠਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਮਾਸ਼ਾਅੱਲਾ ਮਾਸ਼ਾਅੱਲਾ ਦੇਖੋ ਜੀ ਬੱਚਾ ਜਿਹੜਾ ਹੈ ਗਾਂ ਦੇ ਨਜ਼ਦੀਕ ਵੀ ਹੋ ਗਿਆ ਤੇ ਗਾਂ ਵੀ ਉਹਨੂੰ ਦੇਖੋ ਦੁਬਾਰਾ ਚੱਟਣ ਲੱਗ ਗਈ ਹੈ। ਇਹ ਤੁਸੀਂ ਦੇਖ ਰਹੇ ਹੋ ਕਿ ਜਾਨਵਰਾਂ ਦਾ ਵੀ ਆਪਸ ਦੇ ਵਿੱਚ ਕਿੰਨਾ ਪਿਆਰ ਹੁੰਦਾ ਹੈ, ਜਾਨਵਰਾਂ ਨੂੰ ਵੀ ਆਪਣੇ ਬੱਚਿਆਂ ਦੇ ਨਾਲ ਕਿੰਨਾ ਪਿਆਰ ਹੁੰਦਾ ਹੈ। ਦੇਖੋ ਜੀ ਉਹ ਦੇਖੋ ਤੁਹਾਨੂੰ ਹੁਣ ਬੱਚਾ ਨਜ਼ਰ ਆ ਰਿਹਾ ਹੋਏਗਾ ਕਿ ਖਾ ਰਿਹਾ ਹੈ, ਗੁੜ ਚੱਟ ਰਿਹਾ ਹੈ, ਖਾ ਰਿਹਾ ਹੈ। ਲਓ ਜੀ ਇਹ ਹੁਣ ਪਾਣੀ ਗਰਮ ਕਰਕੇ ਲੈ ਕੇ ਆਏ ਹਾਂ ਇਹਦੇ ਵਾਸਤੇ ਪੀਣ ਵਾਸਤੇ। ਤੇ ਪਾਣੀ ਜਿਸ ਵਕਤ ਜਾਨਵਰ ਬੱਚੀ ਜਾਂ ਵੱਛਾ ਜਾਂ ਕੱਟੀ ਕੱਟਾ ਕੁਛ ਵੀ ਦਿੰਦਾ ਤੇ ਉਸ ਤੋਂ ਬਾਅਦ ਉਹਨੂੰ ਪਾਣੀ ਪਿਲਾਇਆ ਜਾਂਦਾ ਹੈ ਹਲਕਾ ਹਲਕਾ ਨੀਮ ਗਰਮ ਜਿਹਾ ਕਰਕੇ। ਤੇ ਹੁਣ ਨੀਮ ਗਰਮ ਪਾਣੀ ਕਰਕੇ ਲੈ ਕੇ ਆਉਂਦਾ ਹੈ ਤੇ ਤਾਂ ਕਿ ਇਹਦੇ ਜਿਸਮ ਦੀ ਜ਼ਰਾ ਟਕੋਰ ਵਗੈਰਾ ਹੋ ਜਾਵੇ ਕਿਉਂਕਿ ਸਾਰੀ ਰਾਤ ਬੜੀ ਮੁਸ਼ਕਲ 'ਚ ਕੱਢੀ ਹੈ ਵਿਚਾਰੀ ਨੇ। ਇਹ ਹੁਣ ਪਾਣੀ ਪੀ ਰਹੀ ਹੈ ਗਰਮ। ਨਾਲ ਦੇਖੋ ਜੀ ਵੱਛਾ ਵੀ ਮਾਸ਼ਾਅੱਲਾ ਬੈਠਾ ਹੈ, ਉਹਦਾ ਸਿਹਤਮੰਦ ਵੱਛਾ ਹੈ। ਇਹ ਹੁਣ ਉਹਨੇ ਵਾਪਸ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਨੂੰ ਪਾਣੀ ਜ਼ਰਾ ਦੁਬਾਰਾ ਪਿਲਾਉਂਦੇ ਹਾਂ, ਪਾਣੀ ਨੇ ਥੋੜ੍ਹਾ ਪੀਤਾ ਹੈ। ਤੁਸੀਂ ਦੇਖ ਰਹੇ ਹੋਗੇ ਨਾਲ ਇੱਕ ਦੂਸਰੀ ਗਾਂ ਵੀ ਖੜੀ ਹੈ, ਉਹ ਇਸ ਗਾਂ ਦੀ ਵੀ ਮਾਂ ਹੈ। ਉਹ ਨਾਲ ਚਿੱਟਾ ਜਿਹਾ ਡੱਬਾ ਜਿਹਾ ਤੁਹਾਨੂੰ ਨਜ਼ਰ ਆ ਰਿਹਾ ਹੈ ਛੋਟਾ ਜਿਹਾ, ਇਹ ਬੱਚਾ ਹੈ ਨਾਲ ਖੜਾ। ਅਗਲੀ ਸਾਈਡ ਤੇ ਜਿਹੜੀ ਇਹ ਬੱਚੀ ਖੜੀ ਹੈ ਬੈਠੀ ਹੈ ਮਾਸ਼ਾਅੱਲਾ। ਗਾਂ ਨੇ ਪਾਣੀ ਹੁਣ ਮਾਸ਼ਾਅੱਲਾ ਪੀ ਲਿਆ ਹੈ।
लो जी, अब अच्छा माशाल्लाह हूँ, खड़ा हो गया है, तुरंत लग गया है। देखो जी, एक तुरंत ही कोशिश कर रहे हैं, कदे देख रहे हैं, ए देखो ये शरारतां कर रहे हैं। देखो जी, पसीना दिया दिया शरारतां वेखो तुसीं। देखो जी, ये हुण हजे फिलहाल अपनी माँ नूं देख रहा है, इन्हें शरारतां करता है। हुण देखो ये बह गया थक के। लो जी, हुण पिलावांगे इहनूं दुध। ए देखो जी, दुध पीना शुरू कर दिता इन्हें। ते छोटा जिहा बच्चा है, ते दुध पिलाउण दे विच मैनूं बड़ी मुश्किल पेश आउंदी है। ते उम्मीद है कि तुहानूं वीडियो पसंद आई होएगी। अगर तुहानूं वीडियो पसंद आई होवे ते इस वीडियो नूं लाइक ते शेयर कर दिओ, ते नाल नाल चैनल नूं भी सबसक्राइब कर लो। शुक्रिया।